ਜਦੋਂ ਅਸੀਂ ਜਵਾਬ ਦੇਣਾ ਆ ਤੇ ਇਹ ਸਾਡੇ ਵੱਲ ਦੇਖਦੇ ਆ ਕੀ ਉਹ ਜਵਾਬ ਸਿੱਖ ਪ੍ਰਤੀ ਆ ਜਾਂ ਕੀ ਉਹ ਜਵਾਬ ਦੇ ਵਿੱਚ ਕੋਈ ਮਿਲਾਵਟ ਆ ਗਈ ਆ, ਕੋਈ ਦੁਨਿਆਵੀ ਡਰ ਦੇ ਕਾਰਨ, ਕੋਈ ਬਾਹਰਲੇ ਦੇਸ਼ਾਂ ਦੇ ਦਬਾਅ ਦੇ ਕਾਰਨ, ਕੋਈ ਹੋਰ ਮਾਇਆ ਦੇ ਵਿੱਚ ਉਲਝੇ ਹੋਏ ਦੇ ਕਾਰਨ, ਤੇ ਉਹ ਜਿਹੜਾ ਜਵਾਬ ਆ ਅਸੀਂ ਸਿਰਫ ਆਪਣੇ ਭਵਿੱਖ ਨੂੰ ਅਸੀਂ ਹੀ ਦੇ ਸਕਦੇ ਹਾਂ ਵਰਤਮਾਨ ਦੇ ਵਿੱਚ ਸਾਡੀ ਬਿਹੇਵੀਅਰ ਦੇ ਨਾਲ। ਮੇਰਾ ਖਾਸ ਇਸ ਗੱਲ ਤੋਂ ਸ਼ੁਰੂ ਕਰਨ ਦਾ ਤਾਂ ਇੱਥੇ ਮਨ ਬਣਿਆ ਕਿਉਂਕਿ ਕੁਛ ਦਿਨਾਂ ਲਈ ਇੱਕ ਜਿਹੜਾ ਮੁਜ਼ਾਹਰਾ ਵੀ ਆ ਜਾਂ ਪ੍ਰੋਟੈਸਟ ਵੀ ਆ ਇਸੇ ਸਟੇਜ ਤੋਂ ਗੱਲ ਹੋਈ ਸੀ, ਕੀਤੀ ਵੀ ਮੈਂ ਹੀ ਸੀ ਕਿ ਅਸੀਂ ਉੱਥੇ ਮੁਜ਼ਾਹਰਾ ਕਰਨ ਜਿਹੜਾ ਕਿ ਕਹਿ ਲਓ ਕਿ ਟ੍ਰੈਡੀਸ਼ਨਲ ਸੈਂਸ ਦੇ ਵਿੱਚ ਨਹੀਂ ਜਾ ਰਹੇ, ਅਸੀਂ ਉੱਥੇ ਉਹਨਾਂ ਨੂੰ ਰੋਕਣ ਜਾ ਰਹੇ ਹਾਂ। ਬਹੁਤ ਵੱਡਾ ਫਰਕ ਆ। ਜੇ ਸਿਰਫ ਮੁਜ਼ਾਹਰਾ ਕਰਨਾ ਸੀਗਾ ਸੜਕ ਦੇ ਦੂਜੇ ਪਾਸੇ ਪੁਲਿਸ ਨੇ ਸਾਨੂੰ ਖੜਾ ਕਰ ਦੇਣਾ ਸੀਗਾ। ਬਹੁਤ ਸਾਰੇ ਨੌਜਵਾਨਾਂ ਨੇ ਸੁਚੇਤ ਹੋ ਕੇ ਪ੍ਰਬੰਧਕਾਂ ਨੂੰ ਵੀ ਇਹ ਸੁਝਾਅ ਦਿੱਤਾ ਕਿ ਪਹਿਲੋਂ ਪਹੁੰਚੋ, ਉੱਥੇ 2-3 ਘੰਟੇ ਪਹਿਲੋਂ ਪਹੁੰਚੋ, ਜਿਹੜਾ ਉਹਨਾਂ ਦਾ ਉੱਥੇ ਜਾ ਕੇ ਕਬਜ਼ਾ ਕਰੋ ਉਸ ਥਾਂ 'ਤੇ, ਜਿਹੜੇ ਕਹਿੰਦੇ ਅਸੀਂ ਪੀਸਫੁਲ ਰਹਿਣਾ ਆ, ਜਿਹੜੇ ਕਹਿੰਦੇ ਆ ਕਿ ਅਸੀਂ ਕੋਈ ਸਰਕਾਰ ਦੇ ਨਾਲ ਕੋਈ ਮੱਥਾ ਨਹੀਂ ਮਾਰਨਾ, ਜਿਹੜਾ ਕਹਿੰਦੇ ਕਿ ਅਸੀਂ ਕੋਈ ਇੱਥੇ ਦੀ ਜਿਹੜੀ ਲਾਅ ਹੈ ਉਹਦਾ ਕੋਈ ਉਲੰਘਣਾ ਨਹੀਂ ਕਰਨੀ, ਉਲੰਘਣਾ ਸਾਰਿਆਂ ਨੇ ਕੀਤੀ ਉਸ ਦਾ। ਜਦੋਂ ਤੁਸੀਂ ਸਾਈਡ ਵਾਕ ਤੋਂ ਉਹਨਾਂ ਦੀ ਪ੍ਰੋਪਰਟੀ 'ਤੇ ਚੜ ਗਏ ਤੁਸੀਂ ਉਹਨਾਂ ਦੀ ਕਾਨੂੰਨ ਦੀ ਉਲੰਘਣਾ ਕਰ ਦਿੱਤੀ, ਉਹ ਟ੍ਰੈਸਪੈਸਿੰਗ ਹੈ। ਕਿਸ ਹੱਦ ਤੱਕ ਤੁਸੀਂ ਹੁਣ ਉਲੰਘਣਾ ਕਰਨੀ ਆ ਉਹ ਸਿਰਫ ਅਤੇ ਸਿਰਫ ਸਿੱਖ ਰਿਸਪੋਂਸ ਤੋਂ ਲੱਭਦਾ ਹੈ। ਜਿਹੜਾ ਜਿਹੜਾ ਬੰਦਾ ਆਇਆ ਸਾਡੇ ਵਿੱਚ ਉਹ ਕਿਹੜੀ ਨੀਤੀ ਨਾਲ ਆਇਆ, ਅਤੇ ਇੱਥੇ ਨੌਜਵਾਨਾਂ ਨੂੰ ਇਹ ਕਿਹਾ ਜਾਂਦਾ ਆ ਕਿ ਤੁਸੀਂ ਪੀਸਫੁਲ ਰੱਖੋ, ਸ਼ਾਂਤਮਈ ਰੱਖੋ। ਅਗਲਾ ਆਣ ਕੇ ਗਾਲਾਂ ਕੱਢ ਰਿਹਾ ਆ, ਉੱਚੀ ਬੋਲ ਰਿਹਾ ਆ, ਧੱਕੇ ਮਾਰ ਰਿਹਾ ਆ। ਇਹ ਕਿੱਥੋਂ ਗੱਲ ਆ ਗਈ ਕਿ ਹਰੇਕ ਵਕਤ ਹੀ ਸ਼ਾਂਤਮਈ ਰੱਖਣਾ ਆ। ਸੰਤ ਜੀ ਵੀ ਸ਼ਾਂਤਮਈ ਦੀ ਗੱਲ ਕਰਦੇ ਸੀਗੇ, ਪਰ ਨਾਲ ਇਹ ਵੀ ਦੱਸ ਦਿੰਦੇ ਸੀਗੇ ਕਦੋਂ ਸ਼ਾਂਤਮਈ ਦੀ ਹੱਦ ਟੁੱਟ ਗਈ ਉਦੋਂ ਜੋ ਹੋਣਾ ਤਾਂ ਹੋਣਾ ਹੀ ਹੈ। ਜੇ ਅਸੀਂ ਆਪ ਜਾ ਕੇ ਕਿਸੇ 'ਤੇ ਵਾਰ ਕਰਦੇ ਹਾਂ ਉਹ ਅਸੀਂ ਨਹੀਂ ਕੀਤਾ, ਕਿਸੇ ਵੀ ਨੌਜਵਾਨ ਨੇ ਨਹੀਂ ਕੀਤਾ, ਉਹ ਸਾਡੇ ਵਿੱਚ ਆਏ, ਉਹ ਭੇਜੇ ਗਏ, ਉਹ ਇੱਕ ਕਾਰਨ ਲਈ ਆਏ। ਉਹਨਾਂ ਨੇ ਉੱਥੇ ਡਿਸਟਰਬੈਂਸ ਪੈਦਾ ਕਰਨੀ ਸੀਗੀ। ਇੱਕ ਬੰਦੇ ਦੇ ਪਹਿਲੇ ਉੱਥੇ ਜਦੋਂ ਕੁੱਟ ਪਈ, ਉਹਦੀਆਂ ਵੀਡੀਓਜ਼ ਵੀ ਵਾਇਰਲ, ਕੋਈ ਇਹ ਕੋਈ ਸੀਕ੍ਰੇਟ ਗੱਲ ਨਹੀਂ ਹੈਗੀ। ਨੌਜਵਾਨਾਂ ਨੇ ਇਮੀਡੀਏਟਲੀ, ਮੈਨੂੰ ਪਤਾ ਕਿਉਂਕਿ ਮੈਨੂੰ ਅਪਰੋਚ ਹੋਈ ਸੀਗੀ ਇਸ ਗੱਲ ਦੀ, ਇਮੀਡੀਏਟਲੀ ਇੱਕ ਪਲਾਨ ਬਣਾਇਆ ਕਿ ਜਿਹੜਾ ਬੰਦਾ ਆਉਂਦਾ ਹੁਣ ਉਹਨੂੰ ਕੈਪਚਰ ਕਰੋ, ਪੁਲਿਸ ਨੂੰ ਇੱਕ ਵਾਰੀ ਦੱਸ ਦਿਓ ਕਿ ਤੁਹਾਡੇ ਕੋਲ 2 ਮਿੰਟ ਆ, ਬੰਦੇ ਨੂੰ ਬਾਹਰ ਕੱਢੋ। ਇਹ ਜ਼ਿੰਮੇਵਾਰੀ ਮੇਰੀ ਸੀ। ਜੇ ਕੋਈ ਵੀ ਉੱਥੇ ਬੰਦਾ ਸੀਗਾ ਉਹ ਦੇਖ ਰਿਹਾ ਸੀਗਾ ਕਿ ਆਲੇ ਦੁਆਲੇ ਮੈਂ ਉੱਥੇ ਤੁਰ ਰਿਹਾ ਸੀਗਾ, ਮੈਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਅਸੀਂ ਆਈਡੈਂਟੀਫਾਈ ਕਰਨਾ ਬੰਦੇ ਨੂੰ, ਤੇਰੀ ਜ਼ਿੰਮੇਵਾਰੀ ਹੈ ਕਿ ਤੂੰ ਜਾ ਕੇ ਪੁਲਿਸ ਨੂੰ ਦੱਸਣਾ ਕਿ 2-3 ਮਿੰਟ ਹੈਗੇ ਤੁਹਾਡੇ ਕੋਲ, ਇਹ ਬੰਦੇ ਡਿਸਟਰਬ ਕਰਨਾ, ਇਹਨੂੰ ਬਾਹਰ ਕੱਢੋ। ਉਸ ਤੋਂ ਬਾਅਦ ਕਿਸੇ ਵੀ ਬੰਦੇ ਨੂੰ, ਕਿਸੇ ਵੀ ਨੌਜਵਾਨ ਨੇ ਹੱਥ ਨਹੀਂ ਲਾਇਆ। ਜਿਹੜਾ ਪਹਿਲਾਂ ਚੜ੍ਹਾਈ ਕਰਕੇ ਆਇਆ ਸੀਗਾ, ਗਾਲਾਂ ਕੱਢ ਰਿਹਾ ਸੀਗਾ, ਧੱਕੇ ਮਾਰ ਰਿਹਾ ਸੀ, ਉਹਦੇ ਨਾਲ ਜ਼ਰੂਰ ਜੋ ਹੋ ਗਿਆ ਉਹ ਤਾਂ ਮੂਹਰੇ ਹੀ ਹੈ। ਉਸ ਤੋਂ ਬਾਅਦ ਨੌਜਵਾਨਾਂ ਨੇ ਸੁਹਿਰਦ ਹੋ ਕੇ ਸਾਰਾ ਕੁਛ ਨਿਭਾਇਆ ਉੱਥੇ। ਇਹ ਗੱਲ ਬਹੁਤ ਜ਼ਰੂਰੀ ਹੈ ਕਿ ਇਹ ਭੰਬਲ ਭੂਸੇ 'ਚ ਨਾ ਪਿਓ ਕਿ ਉਹਨਾਂ ਦੇ ਬੰਦੇ ਜਿਹੜੇ ਸਾਨੂੰ ਵੀ ਜਲੀਲ ਕਰਨ ਆਏ ਸੀ ਉਹੀ ਨੈਰੇਟਿਵ ਸਿਰਜ ਰਹੇ ਆ ਕਿ ਸਾਨੂੰ ਉੱਥੇ ਆਹ ਸਾਡਾ ਹਾਲ ਕੀਤਾ, ਆਹ ਸਾਡਾ ਹਾਲ ਕੀਤਾ। ਅਸੀਂ ਨਹੀਂ ਉਹ ਗੱਲਾਂ ਦੇ ਵਿੱਚ ਆਉਣਾ। ਸਾਡਾ ਕੰਮ ਇਹ ਨਹੀਂ ਕਿ ਅਸੀਂ ਹਰੇਕ ਬੰਦੇ ਨੂੰ ਜਾ ਕੇ ਅਸੀਂ ਆਪਣਾ ਸਪਸ਼ਟੀਕਰਨ ਦੇਈਏ। ਇੱਥੋਂ ਬੰਦਿਆਂ ਨੇ ਦੱਸਿਆ ਕਿ ਸਾਨੂੰ ਫੋਨ ਆ ਰਹੇ ਆ ਕਿ ਬੰਦੇ ਕਹਿੰਦੇ ਕਿ ਮੀਡੀਆ 'ਤੇ, ਕਿਉਂ 2% ਦੀ ਮੀਡੀਆ 'ਤੇ ਜਾਈਏ, ਜਿੰਨੇ ਮਰਜ਼ੀ ਫੋਨ ਆਈ ਜਾਣ। ਮੈਂ ਪਰਸਨਲੀ ਜਵਾਬ ਦਾਇਆ ਗੁਰੂ ਗ੍ਰੰਥ ਨੂੰ ਅਤੇ ਗੁਰੂ ਪੰਥ ਨੂੰ ਜਿੱਦਾਂ ਤੁਸੀਂ ਸਾਰੇ ਹੋ, ਹੋਰ ਕਿਸੇ ਨੂੰ ਮੈਂ ਨਹੀਂ ਜਵਾਬ ਦਾ ਹੈਗਾ, ਨਾ ਮੈਂ ਦੇਣਾ ਨਾ ਤੁਸੀਂ ਦੇਵੋ। ਇਹ ਮੌਕਾ ਇਹੋ ਜਿਹਾ ਹੁਣ ਸਿਰ 'ਤੇ ਆਇਆ ਕਿ ਗ੍ਰੰਥ ਅਤੇ ਪੰਥ ਦੇ ਨਾਲ ਜੋ ਸਿੱਖਾਂ ਦਾ ਨਾਤਾ ਆ ਉਹ ਮੁੜ ਕੇ ਕਾਇਮ ਕਰਨ ਵਾਲਾ ਆ। ਸਰਦਾਰ ਕਪੂਰ ਸਿੰਘ ਨੇ ਇਹ ਗੱਲ ਕੀਤੀ ਸੀ ਕਿ ਸਿੱਖਾਂ ਦਾ ਮੁੱਢਲਾ ਨਾਤਾ ਜਿਹੜਾ ਗੁਰੂ ਗ੍ਰੰਥ ਅਤੇ ਗੁਰੂ ਪੰਥ ਨਾਲ ਹੋ ਸਕਦਾ ਹੋਰ ਕਿਤੇ ਨਹੀਂ ਹੋ ਸਕਦਾ। ਕੋਈ ਵੀ ਪੁਲਿਸ, ਮਿਲਟਰੀ, ਦੇਸ਼ ਜਿਹੜਾ ਆ ਉਹਦੇ ਨਾਲ ਤੁਹਾਡਾ ਮੁੱਢਲਾ ਨਾਤਾ ਜੇ ਹੋਵੇ, ਤੁਸੀਂ ਸਿੱਖੀ ਤੋਂ ਖਿਸਕ ਗਏ ਹੋ। ਇਹਦਾ ਜਿਹੜਾ ਇੱਕ ਪ੍ਰਾਈਮ ਐਗਜ਼ਾਮਪਲ ਇਹੀ ਆ 1984 ਦਾ, ਜਿਹੜੇ ਇੱਥੇ ਵੀਰ ਗੱਲ ਕਰਕੇ ਗਿਆ ਹੈ, ਸਭ ਕੁਛ ਉੱਥੇ ਆ ਜਾਂਦਾ ਮੁੜ ਕੇ। 1984 ਦੇ ਵਿੱਚ ਜਿਹੜਾ ਹਮਲਾ ਹੋਇਆ, ਲੜਾਈ ਹੋਈ ਉੱਥੇ, ਨਸਲਕੁਸ਼ੀ ਉੱਥੇ ਬਾਅਦ ਹੋਈ ਹੈ, ਲੜਾਈ ਪਹਿਲਾਂ ਹੋਈ ਹੈ। ਸਿੰਘ ਜੂਝੇ ਉੱਥੇ, ਬੀਬੀਆਂ ਸਾਡੀਆਂ ਜੂਝੀਆਂ ਉੱਥੇ, ਸ਼ਹੀਦੀਆਂ ਪਾਈਆਂ। ਜਿਹੜੀ ਨਸਲਕੁਸ਼ੀ ਦੀ ਗੱਲ ਹੈ ਉਹ ਬਾਅਦ ਦੀ ਗੱਲ ਹੈ। ਵੱਡਾ ਘੱਲੂਘਾਰੇ 'ਚ ਵੀ ਇਹ ਹੋਇਆ, ਘੱਲੂਘਾਰੇ ਬਾਅਦ 'ਚ ਹੁੰਦੇ ਆ, ਸਿੱਖਾਂ ਨੇ ਕਦੀ ਉਦੋਂ ਨਹੀਂ ਲੰਮੇ ਪੈ ਕੇ ਥੱਲੇ। ਉਸ ਹਮਲੇ ਦੇ ਵਿੱਚ, ਉਸ ਲੜਾਈ ਦੇ ਵਿੱਚ ਜਿਹੜੇ ਫੌਜੀ ਸਿੱਖ ਘਰਾਣਿਆਂ ਦੇ ਵਿੱਚੋਂ ਬੂਟਾਂ ਸਣੀ
ਪੱਗਾਂ ਸਣੀ ਦਰਬਾਰ ਸਾਹਿਬ ਆਪਣੀਆਂ ਰਾਈਫਲਾਂ ਕਰਕੇ ਉੱਥੇ ਆਏ। ਉਹਨਾਂ ਨੂੰ ਅਸੀਂ ਇੱਕ ਕਰਾਰ ਦੇ ਦਿੱਤਾ, ਸਦਾ ਲਈ ਇਹ ਗਦਾਰ ਨਹੀਂ ਕੌਮਦੇ, ਭਾਵੇਂ ਸਾਡੇ ਵਰਗੇ ਹੀ ਲੱਗਣ। ਜਿਨ੍ਹਾਂ ਨੇ ਆਪਣਾ ਧਰਮ ਪਛਾਣਿਆ ਉਸ ਮੌਕੇ 'ਤੇ ਭੱਜ ਭੱਜ ਕੇ ਦਰਬਾਰ ਸਾਹਿਬ ਵੱਲ ਨੂੰ ਆਏ, ਜੋਧਪੁਰ ਦੀਆਂ ਜੇਲ੍ਹਾਂ ਕੱਟੀਆਂ, ਸਾਰੀ ਉਮਰ ਜੇਲ੍ਹਾਂ ਦੇ ਵਿੱਚ ਰਹਿ ਗਏ, ਸ਼ਹੀਦੀਆਂ ਪਾ ਲਈਆਂ, ਉਹਨਾਂ